रानी तू समझती नहीं है ना, आसान है। अजय, अजय रानी सब कुछ ठीक हो गया, रब ने साड़ी सुन ली। देखिया मैं क्या सी ना, रब साड़े नाल है, पर ये चमत्कार होया किदा? बस रानी तू है समझ कि साड़ी डॉक्टर साड़े घर फरिश्ता बन के आई, तो उन्हें साड़ी जान बचा ली। अजय आज मैं बहुत खुश हूँ, मैं बहुत खुश हूँ। ते सब कुछ तुहाडी वजह नाल होया, हुण साडे बच्चे नूं इस दुनिया विच आण तो कोई भी नहीं रोक सकता। रानी कल तैनूं साडे नाल डॉक्टर कोल चलना पएगा, एक छोटा जिहा चैकअप। जे रानी नहीं होंदी ना, यह खुशी सानूं कदे मिलदी नहीं। थैंक्स अ लॉट। ਸਤਿ ਸ਼੍ਰੀ ਅਕਾਲ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ ਜੀ, ਹੋਣ ਵਾਲੇ ਨਾਨਾ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਤੁਸੀਂ ਵੀਜ਼ਾ ਵੂਜ਼ਾ ਲਵਾਉਣ ਦੀ ਤਿਆਰੀਆਂ ਸ਼ੁਰੂ ਕਰ ਦਿਓ, 6-7 ਮਹੀਨੇ ਬਾਅਦ ਤਾਂ ਆਪਣੇ ਦੋਹਤੇ ਦਾ ਮੂੰਹ ਵੇਖਣ ਤੁਸੀਂ ਆਉਣਾ ਹੀ ਹੈ। ਇੰਦਰਜੀਤ ਜੀ ਇੱਕ ਗੱਲ ਸੱਚੋ ਸੱਚੀ ਦੱਸਣਾ, ਲਵਲੀਨ ਦੀ ਤਬੀਅਤ ਪੂਰੀ ਤਰ੍ਹਾਂ ਠੀਕ ਹੈ ਨਾ? ਅਸੀਂ ਲਵਲੀਨ ਦੀ ਤਬੀਅਤ ਨੂੰ ਅਤੇ ਪ੍ਰੈਗਨੈਂਸੀ ਨੂੰ ਲੈ ਕੇ ਬਹੁਤ ਪਰੇਸ਼ਾਨ ਹਾਂ। ਸਿੰਘ ਸਾਹਿਬ ਤੁਸੀਂ ਬਿਲਕੁਲ ਬੇਫਿਕਰ ਰਹੋ, ਲਵਲੀਨ ਇੱਕਦਮ ਠੀਕ ਠਾਕ ਹੈ। ਇਹ ਮੈਂ ਇਕੱਲਾ ਹੀ ਨਹੀਂ ਕਹਿ ਰਿਹਾ, ਇਹ ਉਹਦੀ ਡਾਕਟਰ ਨੇ ਵੀ ਸਾਨੂੰ ਦੱਸਿਆ ਹੈ। ਡਾਕਟਰ? ਤੇ ਉਹ ਡਾਕਟਰ ਜਿਹੜੀ ਹੈ ਉਹ ਸਪੈਸ਼ਲਿਸਟ ਡਾਕਟਰ ਹੈ, 3-4 ਮਹੀਨਿਆਂ ਤੋਂ ਉਹਦਾ ਇਲਾਜ ਕਰ ਰਹੀ ਹੈ। ਇਸ ਇਲਾਜ ਬਾਰੇ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਨਹੀਂ ਸੀ। ਜਦੋਂ ਲਵਲੀਨ ਪ੍ਰੈਗਨੈਂਟ ਹੋ ਗਈ ਤਾਂ ਉਹਨਾਂ ਨੇ ਦੱਸਿਆ ਮੈਨੂੰ ਇਸ ਇਲਾਜ ਬਾਰੇ। ਇਲਾਜ? ਹਾਂਜੀ, ਤੇ ਡਿਲੀਵਰੀ ਲੰਡਨ ਦੇ ਬੈਸਟ ਡਾਕਟਰ ਡਾਕਟਰ ਸੈਮੂਅਲ ਡਿਸੂਜ਼ਾ ਕਰਨਗੇ। ਡਾਕਟਰ ਸੈਮੂਅਲ ਡਿਸੂਜ਼ਾ? ਉਹਨਾਂ ਨੂੰ ਤਾਂ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਹ ਫਿਰ ਤਾਂ ਕੋਈ ਗੱਲ ਹੀ ਨਹੀਂ। ਹਾਂ, ਡਾਕਟਰ ਡਿਸੂਜ਼ਾ ਹੈ ਤੇ ਬੜੇ ਵੱਡੇ ਡਾਕਟਰ। ਕਿਸੇ ਜ਼ਮਾਨੇ 'ਚ ਅਸੀਂ ਲੰਡਨ 'ਚ ਇਕੱਠੇ ਪ੍ਰੈਕਟਿਸ ਕਰਿਆ ਕਰਦੇ ਸਰ। ਹੁਣ ਤਾਂ ਤੁਹਾਡੀ ਪਰੇਸ਼ਾਨੀ ਦੂਰ ਹੋ ਗਈ ਨਾ? ਤਾਂ ਮਜ਼ੇ ਦੀ ਗੱਲ ਇਹ ਹੈ ਕਿ ਸਾਰੀ ਚੌਕੜੀ ਜਾ ਰਹੀ ਹੈ ਲੰਡਨ, ਇਹ 3-4 ਮਹੀਨੇ ਉੱਥੇ ਰਹਿਣਗੇ। ਜਦੋਂ ਸਾਡੇ ਸ਼ਹਿਜ਼ਾਦੇ ਦੇ ਆਉਣ ਦਾ ਸਮਾਂ ਹੋਏਗਾ ਤਾਂ ਅਸੀਂ ਵੀ ਪਹੁੰਚ ਜਾਵਾਂਗੇ ਉਹਦਾ ਸਵਾਗਤ ਕਰਨ ਲਈ। ਸਿੰਘ ਸਾਹਿਬ, ਇੰਦਰਜੀਤ ਜੀ ਤੁਹਾਡੇ ਸਾਰਿਆਂ ਦੇ ਪਹੁੰਚਣ ਤੋਂ ਬਹੁਤ ਪਹਿਲਾਂ ਮੈਂ ਉੱਥੇ ਪਹੁੰਚ ਜਾਵਾਂਗਾ, ਤੇ ਡਾਕਟਰ ਸੈਮੂਅਲ ਦੇ ਨਾਲ ਨਾਲ ਮੈਂ ਆਪਣੇ ਦੋਹਤੇ ਨੂੰ ਇਸ ਦੁਨੀਆ ਵਿੱਚ ਲਿਆਵਾਂਗਾ। ਠੀਕ ਹੈ ਸਰ, ਠੀਕ ਹੈ, ਅਸੀਂ ਵੀ ਪਹੁੰਚਾਂਗੇ ਤੇ ਉੱਥੇ ਹੀ ਮਿਲਾਂਗੇ ਫਿਰ। ਲੁਕ ਲੁਕ ਕੇ ਉਹਦਾ ਨਾਂ ਜਾਣਨਾ ਚਾਹੁੰਦੇ ਹੋ? ਉਸ ਮਾਸੂਮ ਲਈ ਦਿਲ ਦੇ ਕਿਸੇ ਕੋਨੇ ਵਿੱਚ ਜ਼ਰਾ ਸਾ ਵੀ ਪਿਆਰ ਹੈ, ਆਪਣੇ ਕੇਸ 'ਤੇ ਪਛਤਾਵਾ ਹੋ ਰਿਹਾ ਹੈ, ਤਾਂ ਉਹਦੇ ਸਾਹਮਣੇ ਆ ਕੇ ਤੁਸੀਂ ਪਛਤਾਵਾ ਕਿਉਂ ਨਹੀਂ ਕਰਦੇ? ਕਿਉਂ ਨਹੀਂ ਆਪਣੀ ਕੁੜੀ ਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਕਹਿ ਸਕਦੇ, ਹਾਂ ਮੈਂ ਤੇਰਾ ਬਾਪ ਹਾਂ, ਤੁਹਾਡੀ ਕੁੜੀ ਦੀ ਵੀ ਜ਼ਿੱਦ ਹੈ, ਉਹ ਵੀ ਤੁਹਾਡੇ ਸਾਹਮਣੇ ਉਸੇ ਦਿਨ ਆਏਗੀ ਜਿਸ ਦਿਨ ਤੁਸੀਂ ਆਪਣੇ ਆਪ ਨੂੰ ਉਹਦੇ ਸਾਹਮਣੇ ਜ਼ਾਹਿਰ ਕਰੋ। ਜਗਦੀਸ਼, ਜਗਦੀਸ਼। ਹਾਂ ਹਾਂ, ਮੁਬਾਰਕ ਹੋਵੇ। ਮੁਬਾਰਕ? ਕਿਸ ਗੱਲ ਦੀ ਮੁਬਾਰਕ? ਸਾਡੇ ਪੁੱਤਰ ਨੇ ਸਾਡੀ ਬਹੁਤ ਵੱਡੀ ਮੁਸ਼ਕਿਲ ਹੱਲ ਕਰ ਦਿੱਤੀ। ਮੁਸ਼ਕਿਲ? ਕਿਹੜੀ ਮੁਸ਼ਕਿਲ? ਤੁਹਾਨੂੰ ਕੀ ਲੱਗਦਾ ਹੈ, ਬਸ ਔਲਾਦ ਪੈਦਾ ਕਰਨਾ, ਉਹਨਾਂ ਨੂੰ ਲਿਖਾਣਾ ਪੜ੍ਹਾਉਣਾ, ਬਸ ਮਾਂ ਪਿਓ ਦਾ ਇੱਕੋ ਜ਼ਿੰਮੇਵਾਰੀ ਹੈ? ਜਨਾਬ ਉਹਨਾਂ ਦਾ ਵਿਆਹ ਵੀ ਕਰਨਾ ਪੈਂਦਾ ਹੈ ਤੇ ਨਾਲੇ ਉਹਨਾਂ ਦਾ ਘਰ ਵੀ ਵਸਾਉਣਾ ਪੈਂਦਾ ਹੈ। ਇਹ ਕੰਮ ਕੁਝ ਸੌਖਾ ਨਹੀਂ, ਪਰ ਤੁਸੀਂ ਫਿਕਰ ਨਾ ਕਰੋ, ਸਾਡੇ ਪੁੱਤਰ ਨੇ ਕੁੜੀ ਪਸੰਦ ਕਰਕੇ ਇਹ ਜ਼ਿੰਮੇਵਾਰੀ ਵੀ ਹਲਕੀ ਕਰ ਦਿੱਤੀ। ਸੱਚ? ਕੌਣ ਹੈ ਉਹ ਕੁੜੀ, ਕਿਹੋ ਜੀ ਲੱਗਦੀ ਹੈ, ਔਰ ਉਹਨੂੰ ਕਿੱਥੇ ਮਿਲੀ? ਦੱਸ ਸਾਹਿਬ ਦੀ ਧੀ ਦੇ ਵਿਆਹ 'ਚ ਵੇਖਿਆ ਸੀ, ਬਸ ਦੇਖਦੇ ਹੀ ਦਿਲ ਦੇ ਬੈਠੇ, ਸਾਨੂੰ ਦੱਸਣ ਦੀ ਤਾਂ ਹਿੰਮਤ ਹੋਈ ਨਹੀਂ। ਹੁਣ US ਤੋਂ ਚਿੱਠੀ ਲਿਖ ਰਹੇ ਨੇ, ਕਹਿੰਦੇ ਨੇ ਕੁੜੀ ਬਹੁਤ ਪਸੰਦ ਹੈ, ਜੇਕਰ ਸਾਨੂੰ ਵੀ ਪਸੰਦ ਹੈ ਤੇ ਉਹ ਵਿਆਹ ਕਰਨਾ ਚਾਹੁੰਦਾ ਹੈ। ਉਹ ਜੇ ਮੁੰਡੇ ਨੂੰ ਪਸੰਦ ਹੈ ਤੇ ਸਾਨੂੰ ਵੀ ਪਸੰਦ ਹੈ, ਪਰ ਇਹ ਤਾਂ ਦੱਸ ਕਿ ਕੁੜੀ ਹੈ ਕੀ ਦੀ, ਉਹਦਾ ਪਿਓ ਕੌਣ ਹੈ? ਚਿੱਠੀ 'ਚ ਸਭ ਕੁਝ ਲਿਖਿਆ ਹੈ,
जांदे जांदे तुहाडा मुंडा सारी रिसर्च करके गया है। चलो हुण होण वाले कुर्मा नूं फोन करो ते मिलन दा टाइम मंगो। ठीक है महाराज, जो तुहाडा हुकम, असीं ते तुहाडे गुलाम हां। मम्मी किदा लग रही हां मैं? चन्न नालों भी ज्यादा सोहणी, एकदम स्वर्गां दी हूर। मम्मी तुसी तो हुणे ही मन भरन लग गए हो। जदों मैं अजे टोली विच बैठन लगी हां। ना धीए, ना, हर धी ने एक ना एक दिन अपने घर जाना ही हुंदा है। एह तां माफिया दियां सदरां हुंदियां ने कि उन्हां दी धी अपने घर जाके खुशियां माने ते राजे दी राणी बन के रहे। एह तां दुनियादारी दी विछोड़े दी रीत ने। मम्मी तुसी तो दुनियादारी वेखी है, विछोड़िया ते सच नूं महसूस कर चुके हो। वीर होऊंगा तो इस ख्याल नाल ही तावा मार के रो पैंदा कि हुण मेरा बाबल दा वेला छड्डण दा वेला आ गया है। कदे कदे मैनूं पापा ते बहुत गुस्सा आंदा है, पता नहीं क्यों उन्हां नूं वीर दीआं खुशियां मंजूर नहीं। अज वीर घर होंदा तो किन्ना चंगा होंदा, साडे दिल नूं किन्नी खुशी मिलदी। ना पुत्तर, ना एहो जी खुशी दे मौके ते कलेश दी गल ना कर, दिल नूं बड़ा दुख हुंदा है। क्यों ना छेड़ू मम्मी, तुसी सोच भी कैसे सकते हो मम्मी कि मैं वीर नूं मिले बगैर ही व्याह कर लांगी और बाबल दा बेड़ा छड़ देंगी। हाय हाय, हार शिंगार दी भी हद होंदी है। शरणजीत तू कुड़ी नूं लेके उस वेले आएगी जद वेखण वाले उठ के चले गए। पिंकी तू छेती कर, जे उन्होंने तेनू पसंद करना ना तां ना तिन्ना कपड़े च ही कर लेना, जे उन्होंने नहीं करना तो जिन्नी मर्जी हूर परी बनदी रह। शगना दे मौके ते तां चज दी गल कर ले, तू चल थल्ले, पिंकी नूं लेके मैं आनी। रब करे तू अपने घर जाके सदा खुश रहे, सदा खुश रहे, सदा खुश रहे। साड़ी कुड़ी बस तैयार ही है, दो मिनट चाहती है, तब तक तुसी चाह पियो। आलो जी। थैंक यू। तुसी आप लोगे कि तुम मैं बुलावा? मेरी तो आदत ही है। शुक्रिया। आलो जी, आ गई साड़ी पिंकी। ਸਾਨੂੰ ਪਸੰਦ ਹੈ। ਅਬ ਵੇਖਣਾ ਤਾਂ ਸਿਰਫ ਇੱਕ ਫਾਰਮੈਲਿਟੀ ਸੀ। ਸਾਡੇ ਪੁੱਤਰ ਨੇ ਦੱਤ ਸਾਹਿਬ ਦੀ ਧੀ ਦੇ ਵਿਆਹ 'ਚ ਇਹਨੂੰ ਵੇਖਿਆ ਸੀ, ਬਸ ਤਾਂ ਹੀ ਤੋਂ ਇਹਦੇ ਨਾਲ ਜ਼ਿੰਦਗੀ ਬਿਤਾਉਣ ਦਾ ਫੈਸਲਾ ਕਰ ਲਿਆ। ਅੱਜ ਉਹਦੇ ਸੁਪਨੇ ਨੂੰ ਸੱਚ ਕਰਨ ਲਈ ਅਸੀਂ ਹਾਜ਼ਰ ਹੋਏ ਹਾਂ। ਇਹ ਤਾਂ ਤੁਹਾਡਾ ਵੱਡਾਪਣ ਹੈ ਜਿਹੜਾ ਤੁਸੀਂ ਇੰਨਾ ਸਾਨੂੰ ਇੱਜ਼ਤ ਮਾਨ ਦੇ ਰਹੇ ਹੋ। चलो भाई कुर्मा दा मुंह मीठा कराओ। पूरा खा लो। नहीं नहीं, बात कितनी शुगर हो गई। ले शरद जी बताइए। बैठ जी, हेलो मैं मुंह मीठा कर। अरे वाह वाह वाह, बधाई होए, बधाई होए। तुहानू बधाई, तुहानू बधाई, तुहानू बधाई। लो जी रिश्ता तो पक्का हो गया, हुण बाकी दी गल्लां भी कर लईए। औलख साहब, रिश्ता पक्का होने तो बाद हुण केड़ी गल बाकी रह गई? असी कुड़ी वाले हाँ जी, बुरा ना मन्नियो, लैन देन दी गल्लां ते करनियां पैंदियां। औलख साहब, तुसा सानू अपनी धी देती है, होर सानू की चाहिदा है? वीर जी तुसी नेक इंसान, नहीं तो अजकल दे जमाने च
लोग जवाई के बदले वो पर बराबर सोना मंगते हैं। तुहाडे वर्गे नेक इंसानों मिलकर ही पता लगता है कि नेक खानदान की होंगे। क्यों शर्मिंदा कर दे भाई साहब, दाज देना तो एक समाजिक बुराई है, पाप है, और असी तो ये बारे सोच भी नहीं सकते। किन्ने नेक ख्याल अपने तुहाडे, अजकल के जमाने हर शख्स तुहाडे वर्गा हो जाए तो समाज के विचों दहेज प्रथा ही खत्म हो जाए, ना कुड़ियां नूं साड़िया जाए तो ना ही कुड़ियां आत्महत्या कर। वाह वाह, ऐसी कोई गल नहीं, अजे भी एहो जे लोग हैं जो दूसरे की खुशी वास्ते अपना सब कुछ वार देंदे हैं। मैं जानती हूँ ऐसे कुछ दोस्तों जिन्होंने एक दूजे लिए ऐसा बलिदान दिता है कि कोई सोच भी नहीं सकता।